ਸਤਿ ਸ਼੍ਰੀ ਅਕਾਲ ਜੀ ਜਾਰਤੀ ਲਾ ਤੇ ਤੁਹਾਡਾ ਸਵਾਗਤ ਹੈ ਮੈਂ ਗੋਤਮ ਜਲੰਦਰੀ ਪੰਜਾਬ ਦੀ ਸਿਆਸਤ 'ਚ ਅੱਜ ਵੱਡਾ ਧਮਾਕਾ ਹੋਇਆ ਹੈ ਇਹ ਧਮਾਕਾ ਪੰਜਾਬ ਦੀ ਸਿਆਸਤ 'ਚ ਪਿਛਲੇ ਕਈ ਦਿਨਾਂ ਤੋਂ ਸੁਣਨ ਦੀ ਗੱਲ ਕੀਤੀ ਜਾ ਰਹੀ ਸੀ ਮੈਂ ਗੱਲ ਕਰ ਰਿਹਾ ਜਿਹੜਾ ਪੰਜਾਬ ਪੁਲਿਸ ਵੱਲੋਂ ਅੱਜ ਸਾਬਕਾ ਅਕਾਲੀ ਮੰਤਰੀ ਤੇ ਸੀਨੀ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਤੇ ਜਿਹੜਾ ਡਰੱਗਸ ਮੁੱਦੇ ਤੇ ਮਾਮਲਾ ਦਰਜ ਕੀਤਾ ਗਿਆ ਹੈ ਉਸ ਦੀ ਇਹ ਮਾਮਲਾ ਦਰਜ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਚੋਣਾ ਕੋਲ ਨੇ ਤੇ ਪੂਰੀ ਤਰ੍ਹਾਂ ਪੱਕੀ ਹੋਈ ਨਜ਼ਰ ਆ ਰਹੀ ਹੈ ਤੇ ਜਿੱਥੇ ਪੰਜਾਬ ਦੇ ਕਾਂਗਰਸ ਆਗੂ ਇਹ ਗੱਲ ਕਹਿ ਰਹੇ ਨੇ ਵੀ ਇਹ ਬਿਲਕੁਲ ਸਹੀ ਹੋਇਆ ਉਥੇ ਅਕਾਲੀ ਦਲ ਦੇ ਲੀਡਰ ਇਹਨੂੰ ਸਿਆਸੀ ਬਦਲਾਖੋੜੀ ਦਾ ਨਾਂ ਦੇ ਰਹੇ ਨੇ ਤੇ ਅੱਜ ਸੁਖਬੀਰ ਸਿੰਘ ਬਾਦਲ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਆਸੀ ਬਦਲਾਖੋਰੀ ਦੀ ਗੱਲ ਕੀਤੀ ਹੈ ਤੇ ਨਾਲ ਹੀ ਪੰਜਾਬ ਦੇ ਵਿੱਤ ਮੰਤਰੀ ਸੁਖਜਿੰਦਰ ਰੰਧਾਵਾ ਤੇ ਡੀਜੀਪੀ ਪੰਜਾਬ ਸਿਧਾਰਥ ਚਟੋ ਬਧਾਇਨ ਨੂੰ ਨਿਸ਼ਾਨੇ ਤੇ ਲਿਆ ਹੈ ਇਹ ਸਾਰੇ ਮੁੱਦਿਆਂ ਤੇ ਅੱਜ ਅਸੀਂ ਗੱਲਬਾਤ ਕਰਨ ਲਈ ਸਾਡੇ ਸਟੂਡੀਓ 'ਚ ਮੌਜੂਦ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪਰਮਿੰਦਰ ਮਹਿਤਾ ਜਿਨ੍ਹਾਂ ਨਾਲ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਪਰਮਿੰਦਰ ਮਹਿਤਾ ਜੀ ਤੁਹਾਡਾ ਸਵਾਗਤ ਹੈ ਨਵਾਬ ਨਮਸਕਾਰ ਮੇਰਾ ਸਵਾਲ ਇਹੀ ਹੈ ਕਿ ਜਿਹੜਾ ਵਿਕਰਮ ਸਿੰਘ ਮਜੀਠੀਆ ਤੇ ਅੱਜ ਮਾਮਲਾ ਦਰਜ ਹੋਇਆ ਤੁਹਾਡਾ ਪਹਿਲਾ ਰਿਐਕਸ਼ਨ ਕੀ ਹੈ ਇਹ ਬਹੁਤ ਦੇਰ ਦੀ ਜਿਹੜੀਆਂ ਮਾਮਾ ਦੇ ਬੱਚੇ ਗਏ ਨੇ ਜਿਨ੍ਹਾਂ ਭੈਣਾਂ ਦੇ ਭਰਾ ਗਏ ਨੇ ਜਿਹਦੀਆਂ ਧੀਆਂ ਦੇ ਸਵਾਗੇ ਨੇ ਇਹ ਉਹਨਾਂ ਦੀ ਪੀੜਾ ਸੀ ਉਹ ਚਾਹੁੰਦੇ ਸਨ ਕਿ ਪੰਜਾਬ ਦੇ ਵਿੱਚ ਇਹ ਜਿਹੜਾ ਜ਼ਹਿਰ ਹੈ ਜਿਸ ਬੰਦੇ ਨੇ ਵੀ ਘੋਲਿਆ ਉਹਨੂੰ ਤਾਂ ਸਜ਼ਾ ਮਿਲੇ ਔਰ ਕਾਂਗਰਸ ਪਾਰਟੀ ਦਾ ਮੁੱਖ ਏਜੰਡਾ ਸੀਗਾ ਜਿਹਦੇ ਕਰਕੇ ਸਾਨੂੰ ਲੋਕਾਂ ਨੇ ਬਹੁਮਤ ਦਿੱਤਾ ਅਫਸੋਸ ਤਾਂ ਇਹ ਹੈ ਕਿ ਸਾਡੇ 4 ਸਾਲ ਜਿਹੜੀਆਂ ਰਿਪੋਰਟਾਂ ਹਾਈ ਕੋਰਟ ਨੇ ਦਿੱਤੀਆਂ ਜਾਂ ਸਾਡੇ ਐਸਐਸਟੀ ਬਣਾਈਆਂ ਉਹ ਠੰਡੇ ਬਸਤੇ ਚ ਰਹੀਆਂ ਔਰ ਸਿਆਸੀ ਪੇੜ ਚੜਦੀਆਂ ਰਹੀਆਂ ਔਰ ਹੁਣ ਆ ਕੇ ਇਹ ਜਿਹੜੀ ਐਫਆਈਆਰ ਦਰਜ ਹੋਈ ਹੈ ਇਹ ਉਹ ਮੱਲਮ ਹੈ ਉਹ ਪੀੜਤਾਂ ਦੇ ਜਿਹੜੇ ਡਰਗ ਦੇ ਨਾਲ ਪਰਿਵਾਰ ਉਜੜ ਗਏ ਬਰਬਾਦ ਹੋ ਗਏ ਅੱਜ ਉਹ ਪਰਿਵਾਰਾਂ ਦੇ ਜਿਹੜੇ ਜ਼ਖਮਾਂ ਦੇ ਉੱਤੇ ਇੱਕ ਵੱਲਬ ਦਾ ਵੱਡਾ ਕਦਮ ਹੈ ਕਿ ਅੱਜ ਬਹੁਤ ਵੱਡੇ ਮਗਰਮੱਛ ਜਿਹਦਾ ਨਾਮ ਹਰ ਬੰਦੇ ਦੀ ਜ਼ਬਾਨ ਤੇ ਸੀ ਪੰਜਾਬ ਦੇ ਅੱਜ ਵੱਡੇ ਵੱਡੇ ਡਰਗਸਟਰ ਬੜੇ ਜਿੰਨੇ ਵੀ ਫੜੇ ਗਏ ਉਹ ਸਾਰਿਆਂ ਦੇ ਕੀ ਸੀ ਉਹਨਾਂ ਦਾ ਡੈਡ ਸ਼ੈਡ ਜਿਹੜਾ ਨਿਕਲਦਾ ਸੀ ਲਿੰਕ ਇਹਨਾਂ ਨਾਲ ਹੀ ਨਿਕਲਦਾ ਸੀ ਕਾਫੀ ਦੇਰ ਤੋਂ ਮੈਂ ਦੇਖਦਾ ਸੀ ਵੀ ਨਵਜੋਸ਼ ਸਿੱਧੂ ਵੀ ਕਈ ਸਟੇਜਾਂ ਤੋਂ ਮੰਗ ਕਰਦੇ ਆ ਰਹੇ ਸੀਗੇ ਤੇ ਹੋਰ ਵੀ ਮੰਗਾ ਜਾਂ ਸੀ ਵੀ ਛੋਟੇ ਛੋਟੇ ਜਿਹੜੇ ਤਸਕਰ ਫੜੇ ਜਾਂਦੇ ਸੀ ਤੁਹਾਨੂੰ ਕੀ ਲੱਗਦਾ ਇਹ ਜਿਹੜੀ ਹੁਣ ਕਾਰਵਾਈ ਹੋਈ ਤੇ ਬਿਕਰਮ ਮਜੀਠੀਆ ਤੇ ਹੋਈ ਹੈ ਇਹ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਵੀ ਇਹ ਬਿਲਕੁਲ ਸਹੀ ਕਾਰਵਾਈ ਹੋਈ ਹੈ ਦੇਖੋ ਇਹ ਗੱਲ ਕਲੀਅਰ ਹੈ ਕਿ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਪਹਿਲੇ ਦਿਨ ਤੋਂ ਹੀ ਇਹਨਾਂ ਦਾ ਨਾਂ ਇਸ ਲਈ ਲਿੱਤਾ ਕਿ ਉਹ ਲੋਕਾਂ ਨੂੰ ਮਿਲ ਕੇ ਆਏ ਸੀ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦਾ ਔਰ ਜਿਹੜੇ ਡਰੱਗਸ ਮਾਫੀਆ ਫੜੇਗੇ ਉਹਨਾਂ ਦਾ ਨੈਸ਼ਨਲ ਜੋ ਵੀ ਰਿਪੋਰਟਾਂ ਸਰਕਾਰੀ ਆਈਆਂ ਉਹਨਾਂ ਜਿਹਦਾ ਲਿੰਕ ਆਂਦਾ ਸੀ ਸਿੱਧੇ ਇਹਦੇ ਨਾਲ ਹੀ ਟੈਲੀਫੋਨ ਜ਼ਿਆਦਾਤਰ ਉਹਨਾਂ ਦਾ ਮੇਲ ਮਲਾਪ ਹੋਇਆ ਹੁੰਦਾ ਸੀ ਸਿੱਧੂ ਜੌਹਰ ਦੀ ਜਿਹੜੀ ਡਿਮਾਂਡ ਸੀ ਉਹਦੇ ਕਰਕੇ ਹੀ ਉਹ ਇਹਨਾਂ ਦੀ ਅੱਖਾਂ 'ਚ ਰੜਕਦੇ ਸੀਗੇ ਜਿਹੜੇ ਇਹਨਾਂ ਦੀ ਮਿਲੀ ਭਗਤ ਨਾ ਚਲਾਉਂਦੇ ਰਹੇ ਅੱਜ ਅਸੀਂ ਸਮਝਦੇ ਹਾਂ ਕਿ ਉਹਨਾਂ ਦੀ ਸੋਚ ਤੇ ਜਿਸ ਲਈ ਇੱਕ ਮਾਨਦਾਰ ਅਧਿਕਾਰੀ ਆਇਆ ਉੱਪਰ ਉਹ ਉਹਨੇ ਆ ਕੇ ਆਪਣੀ ਕਰਤੱਵਾਂ ਨਿਸ਼ਟਾ ਨੂੰ ਇਮਾਨਦਾਰੀ ਨਾਲ ਨਿਭਾਇਆ ਔਰ ਮੈਂ ਤਾਂ ਇਹ ਕਹਾਗਾ ਕਿ ਦੇਰ ਨਾਲ ਇਤਿਆ ਸਹੀ ਕਦਮ ਹੈ ਜਿੱਥੇ ਇਹ ਪੀੜਿਤ ਪਰਿਵਾਰ ਜਿਹੜੇ ਨਸ਼ਾ ਨਾਲ ਬਰਬਾਦ ਹੋ ਗਏ ਸੀਗੇ ਉਹਨਾਂ ਨੂੰ ਮੱਲਮ ਹੈ ਉੱਥੇ ਪੰਜਾਬ ਦੇ ਮੱਥੇ ਦੇ ਲੱਗਿਆ ਕਲੰਕ ਜਿਹੜਾ ਸੀਗਾ ਉਹਨੂੰ ਧੋਣ ਦੀ ਵੀ ਕੋਸ਼ਿਸ਼ ਹੈ ਔਰ ਇਹਦੇ ਨਾਲ-ਨਾਲ ਮੈਂ ਸਮਝਦਾ ਕਿ ਜਿਹੜੇ ਲੋਕ ਅੱਜ ਤਬਕੀਆਂ ਦਿੰਦੇ ਫਿਰਦੇ ਸੀਗੇ ਪੁਲਿਸ ਨੂੰ ਉਹ ਵੀ ਅੱਜ ਬਾਜ਼ ਆ ਜੂਗੇ ਪੁਲਿਸ ਤੋਂ ਨਵੀਂ ਜੀਵਨ ਔਰ ਨਵੀਂ ਜਾਨ ਤੇ ਨਵਾਂ ਜੀਵਨ ਦੀ ਬੁੱਟੀ ਜੋ ਹੈ ਅਜੇ ਡੀਜੀਪੀ ਨੇ ਦਵਾਈ ਹੈ ਉਹ ਤਾਂ ਕਹਿੰਦੇ ਵੀ ਇਹ ਜਿਹੜੀ ਸਿਆਸੀ ਬਦਲਾਖੋਰੀ ਹੈ ਤੇ ਜਿਹੜੇ ਡੀਜੀਪੀ ਪੰਜਾਬ ਤੇ ਵੀ ਉਹਨਾਂ ਨੇ ਨਿਸ਼ਾਨੇ ਲਿੱਤੇ ਆ ਉਹ ਕਹਿੰਦੇ ਵੀ ਇਹ ਬਿਲਕੁਲ ਮਾਮਲਾ ਜਿਹੜਾ ਸਿਆਸਤ ਤੋਂ ਪ੍ਰੇਰਿਤ ਹੈ ਤੇ ਰਾਜਨੀਤਿਕ ਜਿਹੜੇ ਆਗੂ ਖਾਸ ਕਰਕੇ ਜਿਹੜੀ ਕਾਂਗਰਸ ਸਰਕਾਰ ਉਹਦੇ ਹੱਥ ਚ ਕਟਪੁਤਲੀ ਬਣ ਕੇ ਜਿਹੜਾ ਇਹ ਕੀਤਾ ਗਿਆ ਕਿਉਂਕਿ ਹੋਰ ਅਧਿਕਾਰੀਆਂ ਨੇ ਮਨਾਂ ਕਰਤਾ ਸੀ ਇਹਨਾਂ ਨੇ ਡੀਜੀਪੀ ਬਣਨਾ ਇਕਰ ਕਰਤਾ ਦੇਖੋ ਇੱਕ ਚੀਜ਼ ਹੈ ਇਹ ਸਿਆਸੀ ਬਦਲਾਖੋਰੀ ਹੁੰਦੀ ਤਾਂ ਇਹ ਕਾਦਾ ਦਰ ਹੁੰਦਾ ਇਹ ਤਾਂ ਹਾਈ ਕੋਰਟ ਦੇ ਡਿਸੀਜਨ ਦੇ ਨਾਲ ਬਣੀਆਂ ਕਮੇਟੀਆਂ ਦੀ ਰਿਪੋਰਟ ਹੈ ਉਹ ਰਿਪੋਰਟ ਦੇ ਸਿਰੇ ਤੇ ਕਾਰਵਾਈ ਹੋਈ ਹੈ ਹਾਂ ਇੱਕ ਚੀਜ਼ ਜ਼ਰੂਰ ਹੈ ਕਿ ਇਹਨਾਂ ਦਾ ਜਿਹੜਾ ਤਾੜਾ ਬਣਾ ਸੀਗਾ ਪਿਛਲੇ ਜੋ ਜਗ ਜाहिर ਹੋ ਚੁੱਕਾ ਹੈ ਚਾਹੇ ਕੈਪਟਨ ਸਾਹਿਬ ਦੀ ਸਰਕਾਰ ਦੇ ਨਾਲ ਸੀ ਜਾਂ ਜੋ ਵੀ ਸੀਗਾ ਅੱਜ ਜੋ جگਜਾਹ ਹੋ ਚੁੱਕਾ ਇਹਨਾਂ ਨੇ ਅਫਸਰਾਂ ਨੂੰ ਦਬਾ ਕੇ ਰੱਖਿਆ ਹੋਇਆ ਸੀ ਜਿਹੜੇ ਅਫਸਰ ਇਹਨਾਂ ਦੇ ਦਬਾਅ ਹੇਟਾਉਂਦੇ ਸੀ ਉਹਨਾਂ ਨੂੰ ਹੀ ਲਾਉਂਦੇ ਸੀ ਉਹਨਾਂ ਨੂੰ ਹੀ ਮੂਰੇ ਕੀਤਾ ਸੀ ਉਹਨਾਂ ਨੇ ਠੰਡੇ ਬਸਤੇ 'ਚ ਰੱਖਿਆ ਸੀ ਅੱਜ ਜੇ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਜਿੰਨਾ ਪੁਲਿਸਰਾਂ ਨੇ ਨੀਤੀਕਰਨ ਕਰਕੇ ਇਹਨਾਂ ਨੇ ਸ਼ੋਸ਼ਣ ਕੀਤਾ ਹੈ ਜਿਹੜੀ ਹਿੰਦੁਸਤਾਨ ਦੇ ਕੀ ਬਿਸ਼ਪ ਨੂੰ ਇੱਕ ਰਿਕਾਰਡ ਦੇਣ ਵਾਲੀ ਅੱਤਵਾਦ ਖਤਮ ਕਰਨ ਵਾਲੀ ਫੋਰਸ ਹੋਵੇ ਇਹਨਾਂ ਨੇ ਉਹਨਾਂ ਦੀ ਕਮਰ ਤੋੜ ਕੇ ਰੱਖੀ ਸੀ ਰਾਜ ਦੀ ਸਵਾਰਥੀ ਲੋਕਾਂ ਨੇ ਜਿਹੜੇ ਡਰੱਗਸ ਮਾਮਲੇ 'ਚ ਸੀ ਜਾਂ ਹੋਰ ਬੇਅਬਦੀ ਦੇ ਮਾਮਲੇ 'ਚ ਸੀਗੇ ਅੱਜ ਜਿਹੜਾ ਡਰੱਗਸ ਦੇ ਉੱਤੇ ਐਕਸ਼ਨ ਹੈ ਇਹ ਉਹ ਵਿੜਿਤ ਪਰਿਵਾਰਾਂ ਲਈ ਪੰਜਾਬ ਦੇ ਮੱਥੇ ਦੇ ਜਿਹੜਾ ਕਲੰਕਾ ਨੂੰ ਲਾਹ ਲਈ ਬਹੁਤ ਸਲਾਘਾਯੋਗ ਕਦਮ ਹੈ ਔਰ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਬਹੁਤ ਜਲਦੀ ਬੇਅਬਦੀ ਦੇ ਵੀ ਜਿਹੜੇ ਦੋਸ਼ੀ ਨੇ ਉਹਨਾਂ ਦੇ ਵੀ ਕਾਰਵਾਈ ਹੋਰ ਚੱਲ ਰਹੀ ਹੈ ਤੁਹਾਨੂੰ ਕੀ ਲੱਗਦਾ ਹੁਣ ਜਿਹੜੀ ਇਹਨਾਂ ਦੀ ਜਿਹੜੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਣ ਤੋਂ ਬਾਅਦ ਪੰਜਾਬ 'ਚ ਜਿਹੜੀ ਨਸ਼ੇ ਦਾ ਹੱਲੇ ਵੀ ਕੁਝ ਜਿਹੜਾ ਆ ਰਿਹਾ ਹੈ ਕਿ ਉੱਤੇ ਠੱਲ ਪਾਊਗੀ ਐਕਚੁਅਲੀ ਜਦ ਇੱਕ ਛੋਟਾ ਬੰਦਾ ਸੋਚਦਾ ਹੈ ਕਿ ਯਾਰ ਵੱਡੇ ਵੱਡੇ ਤਾਂ ਐਸ਼ ਕਰ ਰਹੇ ਨੇ ਮੇਰੇ ਉੱਤੇ ਬੈਠੇ ਨੇ ਮੈਨੂੰ ਬਚਾ ਲੂਗੇ ਜਦ ਉਹਨਾਂ ਨੂੰ ਪਤਾ ਲੱਗੂਗਾ ਕਿ ਉਹਨਾਂ ਦਾ ਜਿਹੜਾ ਸੁਰੱਖਿਅਤ ਕਰਦੇ ਕਥੀ ਤੌਰ ਤੇ ਜਿਹੜਾ ਦਾ ਨਾਂ ਆਉਂਦੇ ਰਿਹਾ ਉਹ ਜੇ ਫੜੇਗੇ ਤੇ ਨਿਚਲੇ ਨੇ ਐਕਚੁਅਲੀ ਆਪ ਭਜਣਾ ਔਰ ਜਿਹੜੇ ਅਧਿਕਾਰੀ ਅੱਜ ਉੱਪਰ ਲਿਆਂ ਨੂੰ ਦੇ ਕੇ ਕੰਮ ਨਹੀਂ ਕਰਦੇ ਸੀ ਉਹ ਹੁਣ ਉਹ ਵੀ ਤੇਜ ਹੋਣਗੇ ਉਹਨਾਂ ਨੂੰ ਨਕੀਲ ਪਾਣਗੇ ਹੁਣ ਪੂਰੀ ਤਰ੍ਹਾਂ ਇਹੀ ਨਸ਼ੇ ਕਦਮ ਦੇ ਉੱਤੇ ਪੰਜਾਬ ਦੇ ਵਿੱਚ ਡਰੱਗਸ ਖਤਮ ਹੋ ਸਕਦੀ ਸੀ ਜਿਹੜਾ ਇੱਕ ਸਰਾਣ ਜੋ ਕਦਮ ਹੈ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਹੁਣ ਇਸ ਮੁੱਦੇ ਤੇ ਲੈ ਕੇ ਡਰੱਗਸ ਮੁੱਦੇ ਨੂੰ ਖਾਸ ਕਰਕੇ ਲੈ ਕੇ ਜਿਹੜਾ ਕਾਰਵਾਈ ਹੋਈ ਹੈ ਤੇ ਉਸ ਤੋਂ ਬਾਅਦ ਜਿਹੜੀ ਹੁਣ ਸਿਆਸਤ ਸ਼ੁਰੂ ਹੋ ਗਈ ਅੱਗੇ ਚੋਣਾ ਵੀ ਹੈ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇੱਕੋ ਹੀ ਗੁਜਾਰਸ਼ ਬੇਨਤੀ ਕਰਾਂਗਾ ਆਪਣੇ ਦਿਲ ਦੇ ਉੱਤੇ ਹੱਥ ਰੱਖ ਕੇ ਕਹੋ ਕਿਹੜਾ ਬੰਦਾ ਨਹੀਂ ਜਾਣਦਾ ਸੀ ਕਿ ਇਹਦੇ ਪਿੱਛੇ ਕੌਣ ਹੈ ਕਿਹੜਾ ਬੰਦਾ ਨਹੀਂ ਜਾਣਦਾ ਸੀ ਕਿ ਮਨਜੀਠਾ ਅਜ ਤਾਈਂ ਕਿਉਂ ਨਹੀਂ ਫੜਿਆ ਗਿਆ ਕਿਹੜਾ ਬੰਦਾ ਨਹੀਂ ਜਾਣਦਾ ਸੀ ਕਿ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਕਿਉਂਕਿ ਜਿੰਨੇ ਵੀ ਮੈਦਰਾਉਨਾ ਹੈ ਅੱਜ ਤਾਈਂ ਵੱਡੇ ਡਰੱਗਜ਼ ਰੈਕਟ ਫੜੇਗੇ ਉਹਦੇ ਜਿਹੜੇ ਕਿਤੇ ਨਾ ਕਿਤੇ ਤਾਰ ਇਹਨਾਂ ਦੇ ਉੱਤੇ ਆਉਂਦੇ ਸੀ ਹਰਪ੍ਰੀਤ ਸਿੱਧੂ ਜਿਹੜੇ ਏਡੀਜੀਪੀ ਨੇ ਰਿਪੋਰਟ ਤਿਆਰ ਕੀਤੀ ਉਹਨਾਂ ਦੀ ਇਮਾਨਦਾਰੀ ਤੇ ਉਹਨਾਂ ਦੀ ਜ਼ਿੰਮੇਵਾਰੀ ਤੇ ਉਹਨਾਂ ਦੇ ਕਰਤੱਵਿਸ਼ੇ ਤੇ ਕੋਈ ਉਂਗਲੀ ਨਹੀਂ ਉਠਾ ਸਕਦਾ ਅੱਜ ਉਹ ਬੰਦੇ ਵੀ ਨਗੇ ਹੋਏ ਨੇ ਜਿਹੜੇ ਫੜਕਾਰ ਖਾ ਕੇ ਆਏ ਨੇ ਹਾਈ ਕੋਰਟ ਦੇ ਕੋਲ ਜਿਹੜਾ ਦਾ ਸਿਆਸੀ ਡੈੱਟ ਸਟ ਸੀ ਕਿ ਅੱਜ ਸਿਆਸੀ ਮੋਨੋਨੋਰਥ ਲਈ ਉਹ ਸਿਆਸੀ ਜਾਂਮੇ ਚ ਵੀ ਆ ਗਏ ਨੇ ਲੇਕਿਨ ਇਹ ਜਿਹੜੇ ਅਧਿਕਾਰੀਆਂ ਨੇ ਇਨਵੈਸਟੀਗੇਸ਼ਨਾਂ ਕੀਤੀਆਂ ਜਿਹੜੇ ਅਧਿਕਾਰੀ ਕੰਮ ਕਰ ਰਹੇ ਨੇ ਇਹਨਾਂ ਨੇ ਮੈਂ ਸਮਝਦਾ ਪੰਜਾਬ ਤੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ ਉਹ ਪੀੜਿਤ ਪਰਿਵਾਰ ਉਹ ਮੇਰੀਆਂ ਮਾਵਾ ਭੈਣਾ ਉਹ ਬੱਚੀਆਂ ਉਹਨਾਂ ਦੇ ਉੱਤੇ ਬਹੁਤ ਵੱਡਾ ਇੱਕ ਇਸ਼ਾਨ ਕੀਤਾ ਕਿ ਉਹਨਾਂ ਨੂੰ ਇਨਸਾਫ ਦੀ ਰਾਹ ਵੱਲ ਤੋਰਿਆ ਇਹ ਸਨ ਬਿਕ ਆਪਾਂ ਬਿਕੰਸੂ ਮਝੀਆ ਦੀ ਜਿਹੜੀ ਐਫਆਈਆਰ ਦਾਇਰ ਹੋਣ ਤੋਂ ਬਾਅਦ ਅਸੀਂ ਪਰਮਿੰਦਰ ਮਹਿਤਾ ਨਾਲ ਜਿਹੜੀ ਗੱਲ ਕੀਤੀ ਹੈ ਕਾਂਗਰਸ ਆਗੂ ਨੇ ਲੁਗਾਣੇ ਦੇ ਤੇ ਪੰਜਾਬ 'ਚ ਆਪਣਾ ਇੱਕ ਰੁਤਬਾ ਰੱਖਦੇ ਨੇ ਤੇ ਉਹਨਾਂ ਨੇ ਇਹ ਸਾਰੀ ਜਾਣਕਾਰੀ ਦਿੱਤੀ ਹੈ ਤੇ ਆਪਣਾ ਪੱਖ ਰੱਖਿਆ ਹੈ ਇਸੇ ਤਰ੍ਹਾਂ ਅਸੀਂ ਅੱਗੇ ਵੀ ਹੋਰ ਵੀ ਗੱਲਬਾਤ ਕਰਦੇ ਰਵਾਂਗੇ ਰਾਜਨੀਤਿਕ ਤੌਰ ਤੇ ਬਣੇ ਰਹੋ ਜਾਗਤਿਲਾਦਣਾ ਮੈਂ ਗੋਤਮ ਜਲਦੀ ਅਨਿਲ ਪਾਸੀ ਦੇ ਨਾਲ